दो जने एक मशीन नाल हां जी मित्रों की हाल है ਉਹ ਸਭ ਵਧੀਆ ਹੋਣਗੇ ਅੱਜ ਭਾਜੀ ਆਪਾਂ ਕਿਆ ਲੈਣਾ ਅੱਜ ਆਪਾਂ ਭਾਜੀ ਕਰਾਂਗੇ ਚੈਸਟ ਦਾ ਵਰਕ ਉੱਚੀ ਬੋਲੋ ਦੁਆਰਾ ਅੱਜ ਆਪਾਂ ਕਰਾਂਗੇ ਭਾਜੀ ਚੈਸਟ ਦਾ ਤੌਰ ਵਰਕ ਠੀਕ ਹੈ ਜੀ ਠੀਕ ਹੈ ਠੀਕ ਹੈ ਆਪਾਂ ਐਦਾਂ ਹੀ ਟਾਈਮ ਵਾਲੀ ਨਹੀਂ ਨਿਕਲਦੀ ਆਪਣੇ ਖਾਨ ਭਾਜੀ ਤੇ ਭਾਈ ਤੁਸੀਂ ਆਪਣਾ ਨਾਮ ਖੋ ਦੱਸ ਦਿਓ ਬਲਿੰਦਰ ਸਿੰਘ ਯਾਰ ਭਾਈ ਇਹ ਨਹੀਂ ਕਿਹਦਾ ਨਾਮ ਹੈ ਜੀ ਬਲੀ 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 ਕੇ ਬਲੀ नेपाली 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 लगता अंग्रेज बोलने अंग्रेज हो गए लोवे इंट्रो बन गया चलो टोपी रखो जी दी या फिर चपेड़ा मारूंगा साढ़े चलो टोपी रखो तो वर्कआउट लाने तो पहला आपका करेंगे अपना वार्मअप ते मैं प्रेफर करता हूं पहलवानी डंड आ जाओ अपनी वर्कआउट स्टार्ट करांगे डिकलाइन बेंच तो पिछले मंथ आप शुरू की थी ਜਦੋਂ 10 ਕੇ ਹੋ ਗਏ ਨਾ ਟੱਕ ਪੈ ਜਾਣੀ ਪੂਰੀ 10 ਕੇ ਤੇ ਮਿਲ ਜਾਣਾ ਤਾਂ ਦੂਆ ਤੁਹਾਨੂੰ ਆਪਣਾ ਕੀ ਹੁੰਦਾ ਉਹ ਸਿਲਵਰ ਬਟਨ ਹੈ ਨਾ ਸੋ ਚੈਸਟ ਵਰਕਆਊਟ ਤੋਂ ਬਾਅਦ ਆਪਾਂ ਪੁਸ਼ਅਪ ਜ਼ਰੂਰ ਲੈਣੇ ਆ ਇਹਦੇ ਨਾਲ ਤੁਹਾਡਾ ਮੈਕਸਿਮਮ ਪੰਪ ਰੀਚ ਹੋਊਗਾ ਤੇ ਤੁਸੀਂ ਵਧੀਆ ਫੀਲ ਕਰੋਗੇ ਆਈ ਝੋਟਾ मिलक बदाम पींदा है झोटा आए झोटा सो वर्कआउट हो गया अपना कंप्लीट तो हम आप खावे अपनी डाइट
ਜਿਹੜੇ ਕਿ ਸੇਮ ਹੀ ਆ ਜਿੱਦਾਂ ਸਾਨੂੰ ਪਹਿਲੇ ਦੱਸਦਾ ਆ ਇੱਕ ਬਨਾਨਾ ਅਤੇ ਆਪਣਾ ਪ੍ਰੋਟੀਨ ਲਓ ਮਿੱਤਰੋ ਅੱਜ ਫਿਰ ਕਣਕ ਵੱਢੀ ਜਾ ਰਹੀ ਆ ਕਹਿੰਦੇ ਆਹ ਕੌਣ ਹੈ ਸੰਗਦਾ ਹੈ ਕਾਹਤੇ ਸੰਗਦਾ ਉੱਦਾਂ ਤੂੰ ਕਹਿੰਦਾ ਬਲੌਗ 'ਚ ਲੈ ਗਿਆ ਮੈਨੂੰ ਏਦਾਂ ਸੰਗੀ ਦਾ ਹੁੰਦਾ ਫਿਰ ਸਤਿ ਸ਼੍ਰੀ ਅਕਾਲ ਕਰਦੇ ਚੱਲ ਸਾਰਿਆਂ ਨੂੰ ਮੈਨੂੰ ਨਹੀਂ ਸਾਰਿਆਂ ਨੂੰ ਕਹਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਸ਼ੀਨ ਕਹਿੰਦੇ ਫਿਰ ਖਰਾਬ ਹੋ ਗਈ ਆ ਰਾਤੀ ਕਣਕ ਪਿੱਛੇ ਰਹਿ ਗਈ ਸੀ ਵੱਢਣ ਨੂੰ ਅਤੇ ਅੱਜ ਵੱਢੀ ਜਾ ਰਹੀ ਆ ਇੱਕ ਪਾਸੇ ਕਹਿੰਦੇ ਯੂਨੀਅਨ ਲੱਗਿਆ ਵਾ 53-10 ਅਤੇ ਉਹ ਲੱਗਿਆ ਹੋਲਡ ਕੰਮ ਜ਼ੋਰਾਂ ਸ਼ੋਰਾਂ 'ਤੇ ਹੋ ਰਿਹਾ ਆ ਮਿੱਤਰੋ ਕਣਕ ਹੋ ਗਈ ਵੱਢ ਹੁਣ ਆਪਾਂ ਜਾਂਦੇ ਹਾਂ ਘਰੋਂ ਖਾ ਪੀ ਕੇ ਮੰਡੀ ਨੂੰ ਲੋ ਮਿੱਤਰੋ ਮੰਡੀ ਪਹੁੰਚ ਗਏ ਹਾਂ ਅਤੇ ਕੰਮ ਬੀਜੀ ਬੀਜੀ ਹੋਇਆ ਵਾ ਟਾਈਮ ਹੋ ਗਿਆ 11 ਅਤੇ ਹੁਣ ਲੱਗੇ ਆ ਖਾਲੀ ਕਰਨ ਮੱਛਰ ਵਾਲਾ ਹੀ ਆ ਬਾਬੇ ਉਹ ਲੈ ਮਿੱਤਰੋ ਟਾਈਮ ਹੋ ਗਿਆ 12:30 ਅਤੇ ਗੰਡਾ ਲੱਗਣ ਲੱਗਾ ਹੁਣ ਖਾਵਾਂਗੇ ਆਪਣੀ ਦੇਖੋ ਕੀ ਆ ਡਾਇਟ 'ਚ ਮੱਛਰ ਬਹੁਤ ਹੋਇਆ ਵਾ ਯਾਰ ਅਤੇ ਸੋਇਆ ਸੋਇਆ ਨਾ ਮੈਨੂੰ ਲੱਗਦਾ ਚੌਲ ਹੋਣੇ ਆ ਜੋ ਮਰਜ਼ੀ ਹੋ ਜਾਵੇ ਕਹਿੰਦੇ ਮਿੱਤਰੋ ਡਾਇਟ ਸਕਿੱਪ ਨਹੀਂ ਹੋਣੀ ਚਾਹੀਦੀ ਟਾਈਮ ਜਿਹੜੇ ਮਰਜ਼ੀ ਖਾਓ